ਵਿਹਲੇ ਬੈਠੇ ਸੀਗੇ ਯਾਰ, ਸੋਚਿਆ ਯਾਰ ਗੱਲਬਾਤ ਹੀ ਕਰ ਲਈਏ ਕੋਈ ਤੁਹਾਡੇ ਨਾਲ। ਆਹ ਨਾ ਨਗਰ ਨਿਗਮ ਆ ਜਿਹੜਾ ਨਾ ਹਰ ਸ਼ਹਿਰ ਦੇ ਵਿੱਚ ਹੁੰਦਾ ਵੱਡੇ ਦੇ ਵਿੱਚ, ਲੁਧਿਆਣੇ ਦਾ ਇਹ ਡੀ ਜ਼ੋਨ ਹੈ, ਇੱਥੇ ਕਮਿਸ਼ਨਰ ਸਾਹਿਬ ਵੀ ਬੈਠਦੇ ਨੇ, ਵੱਡੇ ਵੱਡੇ ਅਫਸਰ ਬੈਠਦੇ ਨੇ। ਇਹ ਜਿਹੜੇ ਅਫਸਰ ਨੇ ਸਰਕਾਰੀ ਮੁਲਾਜ਼ਮ ਹੁੰਦੇ ਨੇ, ਸਰਕਾਰੀ ਨੌਕਰ ਹੁੰਦੇ ਨੇ। ਅਸਾਂ ਜਿਹੜਾ ਟੈਕਸ ਦਿੰਦੇ ਹਾਂ, ਚਾਹੇ ਹਾਊਸ ਟੈਕਸ ਹੈ, ਚਾਹੇ ਪਾਣੀ ਦਾ ਟੈਕਸ ਹੈ, ਚਾਹੇ ਪ੍ਰੋਪਰਟੀ ਟੈਕਸ ਹੈ, ਉਹ ਪੈਸਿਆਂ ਤੋਂ ਇਹਨਾਂ ਨੂੰ ਤਨਖਾਹ ਮਿਲਦੀ ਹੈ। ਇਹ ਤਨਖਾਹ ਵੀ ਲੈਂਦੇ ਨੇ ਅਤੇ ਕੰਮ ਕੋਈ ਕਰਦੇ ਨਹੀਂ ਹੈਗੇ। ਸਵੇਰੇ 9 ਵਜੇ ਦਾ ਟਾਈਮ ਆ ਜਾਂ 9:30 ਦਾ ਟਾਈਮ ਆ ਦਫ਼ਤਰ ਦਾ, ਅਤੇ ਸਾਹਿਬ ਜਿਹੜੇ ਹੈਗੇ ਆ ਘੰਟਾ ਡੇਢ ਘੰਟਾ ਲੇਟ ਹੀ ਆਉਂਦੇ ਹੈਗੇ ਆ। ਜਦ ਆਉਂਦੇ ਆ ਤਾਂ ਘੰਟਾ ਕਹੇ ਜਿਹੜੇ ਪਹਿਲੇ ਆ ਗਏ MLA ਖੜ੍ਹੇ ਹੁੰਦੇ ਆ, ਕੌਂਸਲਰ ਖੜ੍ਹੇ ਹੁੰਦੇ, ਲੀਡਰ ਖੜ੍ਹੇ ਹੁੰਦੇ ਆ, ਉਹ ਮਿਲ ਲੈਂਦੇ ਇਹਨਾਂ ਨੂੰ ਆ ਕੇ। ਵੀ ਜਿਹੜੇ ਸਾਡੇ ਵਰਗੇ ਮਾਤਰ ਸਾਥੀ ਆਉਂਦੇ ਹੈਗੇ ਆ, ਕਹਿਣਗੇ ਜੀ ਮੀਟਿੰਗ ਹੋਣ ਲੱਗ ਗਈ ਆ, ਹੁਣ ਮੀਟਿੰਗ 'ਚ ਬਹਿ ਗਏ ਨੇ ਸਾਹਿਬ, ਅਤੇ ਤੁਸੀਂ ਉੱਥੇ ਬੈਠੇ ਰਹਿਣਾ, ਸਾਹਮਣੇ ਰਿਸੈਪਸ਼ਨ ਜੀ ਬਣਾਈ ਹੋਈ ਇਹਨਾਂ ਨੇ ਆਪਣਾ ਵੇਟਿੰਗ ਰੂਮ, ਉੱਥੇ ਬੈਠ ਬੁੱਟ ਕੇ ਚਲੇ ਜਾਓਗੇ। ਸਾਹਿਬ ਨੂੰ ਜੀ ਫੋਨ ਆ ਗਿਆ, ਚੰਡੀਗੜ੍ਹ ਜਾਣਾ ਪੈ ਗਿਆ, ਸਾਹਿਬ ਨੂੰ ਫੋਨ ਆ ਗਿਆ MLA ਉੱਥੇ ਮੀਟਿੰਗ ਆ ਜੀ, ਉਹ ਵਿਚਾਰੇ ਜਿਹੜੇ ਬੈਠੇ ਹੁੰਦੇ ਬੈਠੇ ਰਹਿ ਜਾਂਦੇ ਹੈਗੇ ਆ। ਆਹ ਵਾ ਜਿਹੜਾ ਸਾਰਾ ਜੁਗਾੜ ਜਿਹਾ ਇੱਧਰ ਦਿਖਾ ਜਾ ਰਿਹਾ, ਉੱਤੇ ਇੱਥੇ ਬੈਠਦੇ ਨੇ ਸਾਰੇ ਅਫਸਰ ਜਿਹੜੇ ਹੈਗੇ ਆ, ਇਹ ਪੈਸੇ ਸਾਡੇ, ਜੇ ਅਸੀਂ ਪੈਸੇ ਨਹੀਂ ਦਿੰਦੇ ਇਹਨਾਂ ਨੂੰ ਤਾਂ ਇਹ ਜਾਣੀ ਕਿ ਆ ਰਿਹਾ ਮੈਂ ਆ ਗਿਆ ਬਾਹਰ ਨੂੰ, ਅਤੇ ਇਹ ਪੈਸੇ ਨਹੀਂ ਦਿੰਦੇ ਆਪਾਂ ਇਹਨਾਂ ਨੂੰ, ਟੈਕਸ ਨਹੀਂ ਦਿੰਦੇ ਹੈਗੇ ਜਿਹੜੇ ਲਾ ਰੱਖੇ ਇਹਨਾਂ ਨੇ, ਤਨਖਾਹਾਂ ਮਿਲਦੀਆਂ, ਬਾਕੀ ਸਾਨੂੰ ਕੋਈ ਸੜਕ ਨਹੀਂ ਮਿਲਦੀ ਚੱਜ ਦੀ, ਸਾਨੂੰ ਕੋਈ ਇੱਦਾਂ ਦੀ ਬਿਲਡਿੰਗ ਜਿਹੜੀ ਹੋਵੇ ਜਿਹੜੀ ਲਾ ਦੇ ਮੁਤਾਬਕ ਬਣਾਈ ਹੋਵੇ, ਇੱਕ ਵਾਰੀ ਬਿਲਡਿੰਗ ਬਣਨੀ ਚਾਲੂ ਹੋਵੇ ਚਾਹੇ ਸੜਕ ਦੇ ਗੱਬੇ ਬਣ ਜਾਓ, ਬਣੀ ਰਹਿਣੀ ਆ, ਫਿਰ ਇੱਦਾਂ ਦਫ਼ਤਰਾਂ ਦਾ ਕੀ ਫਾਇਦਾ, ਫਿਰ ਸਾਨੂੰ MLA ਦਾ ਵੀ ਕੀ ਫਾਇਦਾ। ਫਿਰ ਪੁਲਿਸ ਕਹਿੰਦੀ ਆਪਣਾ ਸਵਾਰੀ ਆਪਣੇ ਸਮਾਨ ਖੁਦ ਜ਼ਿੰਮੇਦਾਰ ਹੋਈ, ਜਦ ਬੱਸ ਮੇਂ ਲਿਖਾ ਹੋਤਾ ਹੈ, ਪੁਲਿਸ ਵੀ ਕਹਿੰਦੀ ਆਪਣੀ ਸੁਰੱਖਿਆ ਆਪ ਕਰੋ, ਅਸੀਂ ਕੀ ਲਈਏ, ਜਾਂ ਤੁਹਾਡਾ ਕੋਈ ਹੈ ਹੀ ਨਹੀਂ, ਫਿਰ ਸਿਸਟਮ ਹੀ ਨਹੀਂ ਕੋਈ ਹੈਗਾ, ਫਿਰ ਭਾਈ ਲੋਕਾਂ ਨੂੰ ਜੀਣ ਦਿਓ, ਤੁਸੀਂ ਕਾਹਨੂੰ ਟੈਕਸ ਲਾਈ ਜਾਂਦੇ ਪਏ ਹੋ। ਸਿਸਟਮ ਕਲੈਪਸ ਹੋ ਚੁੱਕਾ ਇੰਡੀਆ ਦਾ, ਉਹ ਸਿਸਟਮ ਇੰਨਾ ਖਰਾਬ ਹੋ ਚੁੱਕਾ ਕਿ ਸਾਨੂੰ ਪੈਰਾਂ 'ਤੇ ਆਉਣ ਦੇ ਲਈ ਪਤਾ ਨਹੀਂ ਕਿੰਨੇ 100 ਸਾਲ ਲੱਗ ਜਾਣੇ ਹੈਗੇ ਆ। ਜੇ ਹੁਣੇ ਅਸੀਂ ਕੁਝ ਸੋਚਾਂਗੇ ਤਾਂ 2-3 ਜਿਹੜੀਆਂ ਪੀੜ੍ਹੀਆਂ ਜੇ ਆਉਣ ਵਾਲੀਆਂ ਨੇ ਉਹਨੂੰ ਤਾਂ ਦੇਖਣ ਨੂੰ ਮਿਲਣਾ ਹੀ ਨਹੀਂ ਹੈਗਾ, ਪਰ ਜਿਹੜੀ ਅਗਲੀ ਜਿਹੜੀ ਹੁਣ ਨਵੀਂ ਪੀੜ੍ਹੀ ਆਉਣੀ ਹੈ, ਪਹਿਲੀ ਦੂਜੀ ਕਲਾਸ 'ਚ ਬੱਚੇ ਨੇ, ਉਹਨਾਂ ਲਈ ਤਾਂ ਬਹੁਤ ਜਾਣੀ ਔਖਾ ਟਾਈਮ ਹੋ ਜਾਣਾ ਜੇ ਹੁਣ ਆਪਾਂ ਨਾ ਕੁਛ ਕੀਤਾ। ਅਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਆਪਾਂ ਨੂੰ ਘਰਾਂ ਤੋਂ ਬਾਹਰ ਆਉਣਾ ਪਊਗਾ, ਕੁਝ ਬੋਲਣਾ ਪਊਗਾ, ਆਪਾਂ ਨੂੰ ਡਰਨਾ ਨਹੀਂ ਪਊਗਾ, ਤਾਂ ਹੀ ਕੁਛ ਨਾ ਕੁਛ ਬਣੂਗਾ, ਨਹੀਂ ਤਾਂ ਕੁਛ ਬਣਨ ਲਈ। ਹੋਰ ਬਾਬੂ ਜੀ ਕੀ ਹਾਲ ਚਾਲ ਹੈ, ਠੀਕ ਹੋ ਸਾਹਿਬ? ਮੈਂ ਕਿਹਾ ਚਲੋ ਆਪਾਂ ਦੇਖੋ ਕਿੰਨੀ ਜ਼ਿੰਦਗੀ ਹੰਢਾਈ ਹੈਗੀ ਆ, ਮੈਂ ਕਿਹਾ ਜ਼ਿੰਦਗੀ ਆਪਾਂ ਦੇਖੋ ਕਿੰਨੀ ਹੰਢਾਈ ਹੈਗੀ ਆ, ਅਤੇ ਕਿੱਦਾਂ ਆਪਾਂ ਇਹ ਦਫ਼ਤਰ ਆ ਜੀ ਆਪਣਾ ਇਹ, ਹਾਂਜੀ ਆਪਾਂ ਟੈਕਸ ਦਿੰਦੇ ਹੈਗੇ ਆ, ਹਾਂਜੀ ਫਿਰ ਆਪਾਂ ਕਹਿੰਦੇ ਸਾਡਾ ਕੰਮ ਹੋ ਜਾਵੇ, ਹਾਂਜੀ ਜੇ ਸਵੇਰੇ 10 ਵਜੇ ਜਾਂਦੇ ਹੈਗੇ ਆ, ਮੀਟਿੰਗ ਆਈ ਜੀ, ਪਹਿਲਾਂ ਤਾਂ ਲੀਡਰ ਮਿਲਦੇ ਇਹਨਾਂ ਨੂੰ, ਨੇਤਾ ਲੋਕ ਮਿਲਦੇ ਨੇ, ਅਤੇ ਸਾਡੇ ਵਰਗੇ ਦੀ ਵਾਰੀ ਆਉਂਦੀ ਹੈ ਤਾਂ ਲੰਚ ਟਾਈਮ ਹੋ ਜਾਂਦਾ ਵਾ, ਹਾਂਜੀ ਹਾਂਜੀ। ਆਹ ਕੀ ਸਿਸਟਮ ਹੈਗਾ ਤੁਸੀਂ ਦੇਖੋ ਆਪਣਾ, ਇਹਨਾਂ ਸੋਚਿਆ ਇਹਦੇ ਬਾਰੇ, ਇਹ ਮੈਂ ਤਾਂ ਕੋਈ ਕਰ ਨਹੀਂ ਸਕਦਾ ਜੀ, ਤੁਸੀਂ ਉਹਨੂੰ ਕੁਛ ਕਰਦੇ, ਮੈਂ ਵੀ ਨਹੀਂ ਕੁਛ ਕਰ ਸਕਦਾ, ਇਹ ਸਿਸਟਮ ਹੀ ਇਹੋ ਜਿਹਾ ਬਣਿਆ, ਸਿਸਟਮ ਹੀ ਗਲਤ ਹੋ ਗਿਆ, ਬਸ ਬੇੜੇ ਬਹਿ ਗਿਆ ਇਹ।